بسم اللہ الرحمن الرحیم، السلام علیکم، میں عصمت اللہ بروانہ تے تسی ویکھ رہے ہو اتم کھیتی اینڈ ٹریکٹر یوٹیوب چینل، اور اے ویڈیو خصوصی متحد کسان پاکستان فیس بک پیج نو بھی ٹیگ ہے، تے اج اسی اپنے دوستاں ویراں بھائیاں نو یورو فورڈ 5880 دی ڈسکاں تے پرفارمنس دکھان لگے ہاں، اور اس دے وچ اسی دوستاں نو پہلے ਜਿਹੜੀ ਸੀਨ ਲਾ ਰਿਹਾ 16 ਤਵੇ ਪਿੱਛੇ ਨੇ ਜਿਹੜਾ ਫੁੱਲ ਡਿਸਕਾਂ ਖੁੱਲੀਆਂ ਨੇ ਅਤੇ ਦੂਸਰੇ ਹਾਈ ਦੇ ਵਿੱਚ ਟਰੈਕਟਰ ਚਲਾ ਰਿਹਾ ਹੈ। ਔਰ ਤੁਸੀਂ ਅਗਰ ਸਲੰਸਰ ਵੱਲ ਖਿਆਲ ਕਰੋ ਤਾਂ ਬਿਲਕੁਲ ਦੂਸਰੇ ਹਾਈ ਦੇ ਵਿੱਚ ਵੀ ਕੋਈ ਸਮੋਕ ਨਹੀਂ ਇਹਦੇ ਸਲੰਸਰ ਦੇ ਅੱਗੇ, ਔਰ ਕੋਈ RPM ਨਹੀਂ ਤੋੜਦਾ। ਔਰ ਤੁਸੀਂ ਵੀਡੀਓ ਨੂੰ ਮੁਕੰਮਲ ਦੇਖੋ ਅਤੇ ਅੱਗੇ ਜਾ ਕੇ ਜਦੋਂ ਦੂਸਰੀ ਸੀਨ 'ਤੇ ਜਾਂਦਾ ਦੌਰ ਲਾ ਰਿਹਾ ਹੁੰਦਾ ਡਿਸਕਾਂ ਦੀ, ਅਤੇ ਉੱਥੇ ਵੀ ਦੂਸਰੇ ਹਾਈ ਦੇ ਵਿੱਚ ਇਸਦੀ ਪਰਫਾਰਮੈਂਸ ਵੇਖੋ। ਅਤੇ ਮਾਸ਼ਾਅੱਲਾ ਜੀ, ਯੂਰੋ ਫੋਰਡ ਦੀ ਕਮਾਲ ਦੀ ਪਰਫਾਰਮੈਂਸ ਹੈ, ਔਰ ਯੂਰੋ ਫੋਰਡ ਆਲਰਾਊਂਡਰ ਟਰੈਕਟਰ ਹੈ ਜਿਹੜਾ ਕਿ ਕਿਸਾਨ ਦੋਸਤ ਟਰੈਕਟਰ ਹੈ, ਔਰ ਇਸਦਾ ਫਿਊਲ ਕੰਜਪਸ਼ਨ ਵੀ ਬਾਕੀ ਟਰੈਕਟਰ ਨਾਲੋਂ ਘੱਟ ਹੈ। ਅਤੇ ਹੁਣ ਤੁਸੀਂ ਵੀਡੀਓ ਨੂੰ ਇੰਜੋਏ ਕਰੋ। ਜਿਹੜੇ ਦੋਸਤ ਸਾਡੇ ਇਸ ਚੈਨਲ 'ਤੇ ਨਵੇਂ ਨੇ, ਉਹ ਜਨਾਬ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਅਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ। ਔਰ ਆਉਣ ਵਾਲੇ ਵਕਤ ਦੇ ਵਿੱਚ ਤੁਹਾਨੂੰ ਬਹੁਤ ਅੱਛੀਆਂ ਅੱਛੀਆਂ ਵੀਡੀਓ ਜਿਹੜੀਆਂ ਹਨ, ਯੂਰੋ ਫੋਰਡ, ਬੁੱਲ ਪਾਵਰ ਔਰ ਵਾਈਡੀਓ ਬਲਾਰਿਸ, ਹਰ ਟਰੈਕਟਰ ਦੀਆਂ ਤੁਹਾਨੂੰ ਜਨਾਬ ਵਾਸਤੇ ਵੀਡੀਓ ਇਨਸ਼ਾਅੱਲਾ ਪਰਫਾਰਮੈਂਸ ਵੀਡੀਓ ਮਿਲ ਸਕਣ। ਅਤੇ ਦੁਆਵਾਂ 'ਚ ਯਾਦ ਰੱਖੋ, ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ। ਜੀ ਦੂਸਰੇ ਹਾਈ ਦੇ ਵਿੱਚ ਮਾਰ ਰਿਹਾ ਜੀ ਡਿਸਕਾ, ਦੂਸਰੇ ਹਾਈ 'ਚ ਕੋਈ ਸਮੋਕ ਨਹੀਂ ਟਰੈਕਟਰ ਦੇ ਉੱਤੇ, ਦੇਖ ਲਓ ਜੀ।
ਦੂਸਰੇ ਹਾਈ 'ਚ ਜੀ ਦੇਖੋ ਮਿੱਟੀ ਛੰਡ ਕੇ ਸਿੱਟਦਾ, ਉੱਤੇ ਧੂੰਆਂ ਵੀ ਦੇਖ ਲਓ ਬਿਲਕੁਲ।